ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅਸਲਾਮੁ ਅਲੈਕੁਮ ਜੀ। ਉਮੀਦ ਕਰਦੇ ਹਾਂ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ। ਅੱਲਾਹ ਪਾਕ ਤੁਹਾਨੂੰ ਖੁਸ਼ ਤੇ ਆਬਾਦ ਰੱਖੇ, ਇਸ ਦੇ ਮੁਸਕਰਾਉਂਦੇ ਰੱਖੇ, ਇਸੇ ਦੁਆ ਦੇ ਨਾਲ ਅੱਜ ਦੀ ਵੀਡੀਓ ਕਰ ਲੈਣੇ ਸ਼ੁਰੂ। ਜਿੰਨੇ ਵੀ ਦੋਸਤ ਸਾਡੇ ਚੈਨਲ ਦੇ ਪਹਿਲੀ ਦਫਾ ਆਏ ਨੇ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਲਾਈਕ ਵੀ ਕਰੋ, ਦੋਸਤਾਂ ਵਿੱਚ ਵੀ ਸ਼ੇਅਰ ਕਰੋ ਅਤੇ ਪਿਆਰਾ ਜਿਹਾ ਕਮੈਂਟਸ ਕਰੋ। ਅਤੇ ਬਾਕੀ ਦਿਹਾੜੀ ਕੁਛ ਮਹਿਮਾਨ ਆਏ ਅਤੇ ਉਸਤਾਦਾਂ ਦੇ ਸ਼ਾਗਿਰਦ ਹੋਏ ਨੇ, ਉਹ ਤੁਹਾਨੂੰ ਵੀਡੀਓ ਵਿਖਾਉਂਦੇ ਆ। ਇਹਦੇ ਬਾਅਦ ਕਲਿੱਪ ਹੋਣ 'ਤੇ ਤਕਰੀਬਨ ਸ਼ਾਮ ਹੋਣ ਵਾਲੀ ਹੈ ਅਤੇ ਮੈਂ ਆਖਿਆ ਸਟੈਟਿੰਗ ਜ਼ਰਾ ਇੱਥੋਂ ਥੋੜ੍ਹੀ ਲੈ ਲੈਂਦੇ ਹਾਂ, ਫਿਰ ਅੱਗੇ ਅੱਗੇ ਦੋਸਤਾਂ ਭਰਾਵਾਂ ਨੂੰ ਪਤਾ ਲੱਗ ਜਾਏ, ਡਾਇਰੈਕਟ ਵੀਡੀਓ 'ਤੇ ਜਾ ਲਈ ਫਿਰ ਸਮਝ ਨਹੀਂ ਗੱਲ ਦੀ। ਅਸਲ ਇਹ ਕਿ ਸਾਦਾ ਜਿਹਾ ਪ੍ਰੋਗਰਾਮ ਉਸਤਾਦੀ ਸ਼ਾਗਿਰਦ ਦੀ, ਠੀਕ ਹੈ, ਉਸਤਾਦਾਂ ਨੇ ਭਾਈ ਔਰ ਸ਼ਾਗਿਰਦ ਕਰਨੇ ਨੇ ਅਤੇ ਤੁਸੀਂ ਦੇਖੋ ਉਹਨਾਂ ਕੋਲ ਨਾ ਪਤਾ ਪੁੱਛ ਲਾਂਗੇ ਭਾਈਰਾਂ ਦਾ। ਅਤੇ ਵੀਡੀਓ ਤੁਸੀਂ ਉਹ ਲੈ ਕੇ ਆਖਰ ਤੱਕ ਪੂਰੀ ਦੇਖੇ, ਤੁਹਾਨੂੰ ਬੜੀ ਅੱਛੀ ਲੱਗ ਕਰੋ ਹੈ। ਟੇਬਲ ਚੁੱਕਣ ਦਾ ਨੇ ਦੋਸਤੋ ਅਤੇ ਭਰਾਓ ਉਸਤਾਦ ਭਾਈਰਾਂ ਨੂੰ ਸ਼ਾਗਿਰਦ ਕਰਨ ਲੈਣੇ, ਬਾਅਦ ਵਿੱਚ ਉਸਤਾਦ ਗਦੀਰ ਕੋਲ ਸਾਰਾ ਕੁਝ ਪੁੱਛ ਕੇ ਤੁਹਾਨੂੰ ਤਫਸੀਲ ਦੱਸਾਂਗੇ। ਪਹਿਲਾਂ ਬਸ ਮੂੰਹ ਪ੍ਰਾਈ ਦੀ ਰਸਮ ਦਾ ਕਰ ਲੈਂਦੇ। ਇਹ ਦੋਸਤੋ ਅਤੇ ਭਰਾਓ ਉਸਤਾਦਾਂ ਦੇ ਗੱਲ ਵਿੱਚ ਹਾਰ ਪਾ ਰਹੇ ਨੇ, ਅਤੇ ਬਲਕਿ ਭਾਈ ਦਾਂਦੇ ਕੋਲ ਹੀ ਨਾ ਪੁੱਛ ਲੈਂਦੇ ਹਾਂ, ਚਲੋ ਬਾਅਦ ਹੀ ਪੁੱਛਦੇ ਹਾਂ। ਸ਼ਾਗਿਰਦ ਹੋ ਰਹੇ ਫਿਰ ਸੈਯਦ ਮੁਜ਼ੱਫਰ ਹੁਸੈਨ ਸ਼ਾਹ, ਸੈਯਦ ਮੁਬਸ਼ਰ ਹੁਸੈਨ ਸ਼ਾਹ ਰੁਪੇਰੀ, ਰੁਪੇਰੀ ਕੋਟਲਾ, ਰੁਪੇਰੀ ਕੋਟਲਾ ਅਰਬਲੀ ਜਾਗਰ ਰੁਪੇਰੀ, ਠੀਕ। ਸਾਡੇ ਦੇਖਣੇ ਵਾਲਿਆਂ ਨੂੰ ਪਤਾ ਲੱਗ ਗਿਆ ਹੋਣਾ ਅਤੇ ਉਸਤਾਦਾਂ ਦੇ ਸ਼ਾਗਿਰਦ ਹੋਏ ਜੇ। ਬਾਕੀ ਐ ਵੇਖੋ ਅਨਵਰ ਖਾਂ ਬਾਕੀ ਹੈ ਕਬੀਰ ਭਾਈ ਕੋਲ ਤਫਸੀਲ ਨੂੰ ਕਹਿੰਦੇ, ਫਿਰ ਪੁੱਛ ਲਾਂਗੇ ਦੁਬਾਰਾ। ਸ਼ਾਗਿਰਦ ਤੇ ਉਹ ਹੀ ਹੋਏ ਨੇ ਨਾ ਸਿਰਫ, ਵੈਸੇ ਦੋਸਤੋ ਅਤੇ ਭਰਾਓ ਸਾਰਿਆਂ ਦੋਸਤਾਂ ਭਰਾਵਾਂ ਦਾ ਮੂੰਹ ਮਿੱਠਾ ਕਰਾ ਰਹੇ ਨੇ। ਪਹਿਲੀ ਮੁੜ ਕੇ ਥੱਲੇ ਹੀ ਆਏ ਪਿਛਲੇ
ਸਲਾਮ ਜੀ ਪੜਿਆ ਮੈਂ ਵੀ ਚਾਹਣਾ ਕੋਈ ਮਸਲਾ ਹੁੰਦਾ ਤਾਂ ਤੁਹਾਨੂੰ ਦੱਸ ਦਿੰਦਾ ਹਾਂ।